वालेकुम अस्सलाम। क्या हाल है जी भाई अदील साहब? माशाल्लाह मुबारक जी। खैर जी, वालेकुम अस्सलाम जी। मुबारक जी, बहुत ज़्यादा कंग्रेचुलेशन, पास हो गए आज ते तुसन नारा मारी गए फिर है। जी तो ਸਾਡੇ ਤੋਂ ਬਗੈਰ ਪਾਸ ਹੀ ਨਾ ਹੋਇਆ ਤੁਹਾਡੀ ਇਹਦੇ ਨਾਲ ਮਿਹਨਤ ਤੇ ਤੁਹਾਡੀਆਂ ਕੋਸ਼ਿਸ਼ਾਂ ਨੇ ਦੁਆਵਾਂ ਨੇ ਅੱਲਾਹ ਤਾਲਾ ਦਾ ਕਰਮ ਹੈ ਬਸ ਪਾਸ ਹੋ ਗਏ ਆ। अल्हम्दुलिल्लाह, बड़ी हिम्मत कीती है और बड़े शार्ट टाइम्स तुसा कवर कर लिया जी पतन ते हैं जी, जी। क्योंकि जी 2 महीने पहले ही तुसा तकरीबन एडमिशन लिया। जी जी अच्छा, वेरी गुड। कैसा रहा पेपर? पेपर सर जी ठीक रहा ਤੇ ਮੈਂ ਤਰੀਕਾ ਇਹ ਮੇਰਾ ਕੁਐਸਚਨ ਕਰਨੇ ਨਾ ਕਿ ਮੈਂ ਜਿਹੜੇ ਕੁਐਸਚਨ ਆਉਂਦੇ ਨੇ ਨਾ ਜਿਹੜੇ ਕਨਫਰਮ ਨੇ ਉਹ ਮੈਂ ਸਾਲੇ ਪਹਿਲੇ ਹੀ ਕਰ ਲੈਣਾ ਠੀਕ ਹੈ। ਅੱਛਾ, ਤੇ ਜਿਹੜੇ ਕੁਝ ਨਹੀਂ ਸਮਝ ਆਉਂਦੇ ਨਾ ਉਹ ਫਿਰ ਮੈਂ ਲਾਸਟ ਤੇ ਵੇਖ ਕੇ ਕਰਨਾ। ਉਹ ਮੈਂ ਪੇਪਰ ਜਿਹੜੇ ਸਾਹਮਣੇ ਆਇਆ ਤੇ ਉਹ ਮੇਰੇ ਜਿਹੜਾ ਨਾ 37 ਸਵਾਲ ਬਿਲਕੁਲ ਠੀਕ ਹੈ, ਅੱਛਾ ਜਿਹੜੇ ਕਨਫਰਮ ਹੋ ਗਏ ਠੀਕ ਹੈ। ਪਿਛੇ ਰਹਿ ਗਏ 3 ਸਵਾਲ ਤੇ ਇੰਤੂ ਫਿਰ ਮੈਂ ਇੱਕ ਜਿਹੜਾ ਹੋਰ ਨਾਲ ਪੜਿਆ ਉਸਨੂੰ ਵੀ ਸਮਝ ਆ ਗਈ, ਉਹ ਵੀ ਕਨਫਰਮ ਹੋ ਗਿਆ ਲੇਕਿਨ वाह जी वाह। ते किस तरह तानू रिजल्ट किने दिता है उथे? ओना नहीं दिता सी एग्जाम वाले ने? ओना नहीं ओना, क्योंकि मैं ते स्कूल गया ही नहीं ना, किसी प्राइवेट एग्जाम दिता। जी जी, क्योंकि मैं डॉक्टरी भी खुद ही कीती है ते उस बाद अपॉइंटमेंट भी खुद ही लेके आया उथों। यानी डॉक्टरी आपे करवाई है डायरेक्ट इथों अजला ने? कोई आपे कराया ना, पर मैं वीजा स्कूल वीजा की तरफों आया ही ना आया। बिल्कुल प्राइवेट। की कह सकते हो भाई अदील साहब, कितना खर्चा आया तुहाडा प्राइवेट जाहिर तुसी दित्ता है? सर जी कोई फीसा वगैरह ने पोस्ट नहीं आ ठीक है, वो जमा कराया ने, वो बिजा तोरे ने सारे जमा कराने ने। उस तो बाद 2 मेडिकल सर्टिफिकेट ने ठीक है जी जी, एक मतलब वो हॉस्पिटल से ना बढ़ा के दिता, एक अपने डॉक्टर बढ़ा के दिता जी। उन्होंने मेरे खाली 3-3 यूरो लाए ने। खर्चे आए ने प्राइवेट सारे टेस्ट दिता है, तकरीबन 150 लग गया मैं हिसाब लाना पिया। ਅਤੇ ਜਾਂ 150 ਤਕਰੀਬਨ ਤੁਹਾਡਾ ਇਹ ਖਰਚਾ ਆ ਗਿਆ, 350 ਸਾਡੀ ਫੀਸ ਹੈ, ਤਕਰੀਬਨ 400-500 ਲੱਗ ਗਿਆ, ਅਤੇ 600 ਗਵੀਦਿਆਂ ਦਾ ਤਕਰੀਬਨ 1100 ਤੁਹਾਡਾ ਪਤੰਤੇ ਚ ਹੀ ਮੁਕੰਮਲ ਹੋ ਰਿਹਾ ਹੈ ਨਾ? ਅੱਛਾ ਅੱਛਾ, ਮਾਸ਼ਾਅੱਲਾ। ਚਲੋ ਜੀ ਜੀ, ਤੇ ਉਹ ਕੋਈ 5.5 ਕਹਿ ਰਿਹਾ, ਕੋਈ 6 ਕਹਿ ਰਿਹਾ, ਕੋਈ ਕਹਿ ਰਿਹਾ ਨੇ ਜੀ 15 ਕਵਿਟੇ ਨੇ, ਕੋਈ ਕਹਿ ਰਿਹਾ ਨੇ ਜੀ ਅਸੀਂ ਜਾਂ ਦਾ ਤੁਸੀਂ ਇਮਤਿਹਾਨ ਪਾਸ ਨਹੀਂ ਕਰਨੇ, ਕਵਿਟੇ ਅਸੀਂ ਜਾਰੀ ਰੱਖਾਂ। ਅੱਛਾ, ਫੀਸ ਸਾਡੀ 600 ਹੋਣੀ ਹੈ। ਉਹ ਬਿਹਤਰ ਜੀ, 600 ਕਹਿ ਰਿਹਾ ਮੁਖਤ। ਨਹੀਂ ਉਹ ਅਗਰ ਇਸ ਚੀਜ਼ ਦੀ ਗਰੰਟੀ ਲੈਂਦੇ ਨੇ ਕਿ ਬਈ ਅਗਰ ਅੱਲਾ ਨਾ ਕਰੇ ਫੇਲ ਹੋ ਜਾ ਮੈਂ ਤੇ ਫਿਰ ਵੀ ਦੁਬਾਰਾ ਕੋਈ ਫੀਸ ਨਹੀਂ ਹੋਏਗੀ, ਅਗਰ ਇਹ ਗਰੰਟੀ ਲੈਣ ਫਿਰ ਤੇ 600 ਬੜਾ ਬਾਰੇ ਚ ਨਾ। ਚੋਖਾ ਨੀ ਹੈ, ਬੀ ਆਣ ਨੀ ਬਹੁਤਾ ਤੰਗ ਨੀ ਕਰਦੇ। ਤੇ ਚਲੋ ਤੁਹਾਡਾ 1100 ਅੱਧੇ ਮਹੀਨੇ ਦੀ ਮਾਰ ਹੈ, ਜਿਸੇ ਕੰਮ ਲੱਗ ਜਾਣਾ ਨਾ ਤੁਸੀਂ ਚੀਕੂ ਚੀ ਦਾ ਟਰੱਕ ਦਾ ਤੇ ਬੜਾ। ਸਰ ਜੀ ਮੈਂ ਕੋਈ 10 ਸਾਲ ਕੰਮ ਕੀਤਾ ਆਪਣਾ ਰੈਸਟੋਰੈਂਟ ਤੇ, ਖੁਦ ਕੁਕਿੰਗ ਕਰਨ ਵਾਲਾ ਸ਼ੈਫ ਹਾਂ। ਅੱਛਾ, ਲੇਕਿਨ ਕੰਮ ਜ਼ੀਰੋ ਹੋ ਗਿਆ ਨਾ ਹੁਣ, ਜੇ ਤੂੰ 6 ਮਹੀਨੇ ਬਾਅਦ ਮੈਂ ਘਰ ਬੈਠਾ ਠੀਕ ਹੈ, ਤੇ ਹੁਣ ਕੋਈ ਕਾਕ ਆਪਣੇ ਨਾਲ ਕੰਮ ਮਿਲ ਗਿਆ, ਕੋਈ ਹੋਰ ਮਿਲ ਗਿਆ ਤੇ ਉਹ ਵੀ ਕਰੀਗਾ, ਕਿਉਂਕਿ ਗੁਜ਼ਾਰਾ ਤੇ ਕਰਨਾ ਹੀ ਹੈ। ਜ਼ਬਰਦਸਤ, ਨਹੀਂ ਨਹੀਂ ਇਹ ਬੜਾ ਕੰਮ ਕੀਤਾ ਤੁਸੀਂ ਜਿਹੜਾ ਚੀ ਪਤੰਤੇ ਵਾਲਾ ਨਾ। ਮੈਂ ਕਿਹਾ ਤੇ ਮੈਂ ਚੀ ਬਦੰਦੇ ਤੋਂ ਸ਼ੁਰੂ ਕੀਤਾ ਤੇ ਮੇਰੇ ਜ਼ਹਿਨ ਚ ਆ ਗਿਆ, ਮੈਂ ਕਿਹਾ ਬਈ ਮੈਂ ਕਰ। ਵਾਹ ਜੀ ਵਾਹ, ਵੇਖੋ ਨਾ ਟਾਈਮ, ਕਿਉਂਕਿ ਵੇਖੋ ਨਾ ਇੱਕ ਹੋਰ
ਕਿ ਇੱਕ ਵਿੰਡੋ ਓਪਨ ਹੋ ਗਈ ਹੈ ਸਾਡੇ ਵਾਸਤੇ ਹਾਂ ਬੇਸ਼ੱਕ ਤੁਹਾਡੀ ਬੇਸ਼ੱਕ ਵਜ੍ਹਾ ਤੋਂ ਤੁਹਾਡੀਆਂ ਕੋਸ਼ਿਸ਼ਾਂ ਦੀ ਵਜ੍ਹਾ ਤੋਂ ਕਿਉਂਕਿ ਅਲਹਮਦੁਲਿਲਾ ਅਸੀਂ ਆਨੇ ਆ ਤੇ ਕੋਈ ਸਾਡੇ ਕੋਲ ਓਨਰ ਤੋਂ ਨਾ ਕੋ ਨਹੀਂ ਜੀ ਜੀ ਬਸ ਆ ਜਾਨੇ ਆ ਤੇ ਕੋਈ ਵੀ ਕੰਮ ਲੱਭਾ ਤੋ ਕਰਕੇ ਤਾਂ ਠੀਕ ਹੈ ਇਸ ਨਾਲ ਇਹ ਵੀ ਕਿ ਤੁਹਾਡੇ ਕੋਲ ਸਰਟੀਫਿਕੇਟ ਹੈ ਪਦੰਤਾ ਅਸੀਂ ਪ੍ਰੋਫੈਸ਼ਨਲ ਹੋ ਜਾਂਦੇ ਆ ਅਜਾ ਇਹ ਵੀ ਇੱਕ ਬੜਾ ਵੱਡਾ ਹੁਨਰ ਹੈ ਜੀ ਜ਼ਾਹਿਰ ਹੈ ਹਾਂ ਮੇਰੇ ਕੋਲ ਆਪਸ਼ਨ ਜੋ ਸਰਟੀਫਿਕੇਟ ਬਣੇ ਨੇ ਸਾਰੇ ਲੇਕਿਨ ਉਹ ਹੁਣ ਦੇਖੋ ਨਾ ਕੰਮ ਦੀ ਪੋਜੀਸ਼ਨ ਇਸ ਲਿਹਾਜ਼ ਨਾਲ ਬਿਲਕੁਲ ਜ਼ੀਰੋ ਹੈ ਨਹੀਂ ਤੁਸੀਂ ਨਾਲੇ ਮੈਂ ਸਮਝਣਾ ਫਿਊਚਰ ਸੇਫ ਅੱਲਾਹ ਤਾਲਾ ਵੈਸੇ ਤਾਂ ਕਰੇ ਤਾਂ ਹੀ ਹੁੰਦਾ ਲੇਕਿਨ ਇੱਕ ਤੁਸੀਂ ਸੇਫਟੀ ਵਾਲੀ ਕੀ ਜੀ ਲੈ ਲਈਏ ਕਿ ਜ਼ਾਹਿਰ ਚੀਪ ਤੈਨ ਤੇ ਨਾਲੇ ਵਡੇਰੀ ਉਮਰ 'ਚ ਤੇ ਬੜੀ ਇੱਕ ਮਜ਼ੇ ਦੀ ਜਵਾਬ ਹੈ ਬੈਠ ਕੇ ਆਰਾਮ ਦੇ ਨਾਲ ਆਪਣਾ ਚੀਜ਼ ਨੂੰ ਆਪਣੀ ਜਗ੍ਹਾ 'ਤੇ ਪਹੁੰਚਾਵੋ ਅਤੇ ਬਸ ਅਤੇ ਚਲੋ ਜੀ ਬੜੀ ਕੰਗਰੈਜੂਲੇਸ਼ਨ ਦੁਬਾਰਾ ਹੈ ਜੀ ਭਾਈ ਅਦੀਲ ਸਾਹਿਬ ਬਹੁਤ ਖੁਸ਼ੀ ਹੋਈ ਤੁਹਾਡਾ ਇੱਥੇ ਸ਼ਹਿਰ ਸੀਗਾ ਕਰੂੰਬੋਸੋ ਅੱਛਾ ਕਮੂਬਾਸੋ ਤੇ ਵੱਡਾ ਸ਼ਹਿਰ ਕਿਹੜਾ ਲੱਗਦਾ ਤੁਹਾਨੂੰ ਇਹ ਵੱਡਾ ਸ਼ਹਿਰ ਹੈ ਨਾ ਜੀ ਨਾਲ ਕੋਈ ਮਸ਼ਹੂਰ ਸ਼ਹਿਰ ਦਾ ਨਾਮ ਲੋ ਹਾਂ ਵੈਸੇ ਰੀਜਨ ਜਿਹੜਾ ਸਾਡਾ ਮੋਲੀਸ ਹੈ ਮੋਲੀਸ ਕਮੂਬਾਸੋ ਮੋਲੀਸ ਦਾ ਇਹ ਜਿਹੜਾ ਸ਼ਹਿਰ ਹੈ ਰੀਜਨ ਕਮੂਬਾਸ ਰੀਜਨ ਮੋਲੀਸ ਹੈ ਤੇ ਪ੍ਰੋਵਿੰਸ ਦਾ ਕਮੂਬਾਸੋ ਹੈ ਹਾਂ ਸਿਟੀ ਦਾ ਕਮੂਬਾਸੋ ਹੀ ਹੈ ਵੱਡਾ ਹਾਂ ਠੀਕ ਹੈ ਜੀ ਕਮੂਬਾਸੋ ਚਲੋ ਅੱਛਾ ਸਰ ਮੈਂ ਤੁਹਾਡੇ ਕੋਲ ਪੁੱਛਣਾ ਹੈ ਜੀ ਕਿ ਉਹ ਚੀਨ ਬਾਰੇ ਚ ਜੀ ਜੀ ਹਾਂ ਚੀਕੂ ਚੀ ਦੀਆਂ ਸਾਡੀ ਫੀਸ ਤੇ ਇਨਸ਼ਾਅੱਲਾ ਉਹਦੇ 'ਚ ਬੜੀ ਮੁਨਾਸਬ ਜੀ ਨਾਜ਼ਰੀਨ ਇਹ ਸੀ ਅਦੀਲ ਮੁਸਤਫਾ ਸਾਹਿਬ ਕਮੂਬਾਸੋ ਸ਼ਹਿਰ ਤੋਂ ਔਰ ਇਹਨਾਂ ਨੇ ਚੀ ਪਤੈਨ 'ਤੇ ਕੀਤਾ ਟਰੱਕ ਦਾ ਲਾਇਸੈਂਸ ਔਰ ਬੜੇ ਮਾਸ਼ਾਅੱਲਾ ਨਾਈਸ ਸਟੂਡੈਂਟ ਸੀ ਹਿੰਮਤ ਵਾਲੇ ਕਿ ਮੈਕਸੀਮਮ 2-2.5 ਮਹੀਨੇ ਨਾਲ ਆਏ ਨੇ ਔਰ ਚੀ ਪਤੈਨ 'ਤੇ ਕਰ ਲਿਆ ਪਹਿਲਾਂ ਇਹਨਾਂ ਦੀ ਵਾਈਫ ਮੋਹਤਰਮਾ ਨੇ ਕੀਤਾ ਉਸ ਤੋਂ ਬਾਅਦ ਫਿਰ ਇਹਨਾਂ ਐਡਮਿਸ਼ਨ ਲਿਆ ਸਰਵਿਸਿਜ਼ ਇਹਨਾਂ ਨੂੰ ਬਹੁਤ ਅੱਛੀ ਲੱਗੀ ਅਤੇ ਮਾਸ਼ਾਅੱਲਾ 2 ਸਟੂਡੈਂਟ ਇੱਕ ਘਰ 'ਚ ਹੁਣ ਪਾਸ ਹੋਏ ਨੇ ਜੀ ਇੱਕ ਨੇ ਬੀ ਕੀਤਾ ਇੱਕ ਨੇ ਚੀ ਕੀਤਾ ਅੱਲਾਹ ਦਾ ਬੜਾ ਸ਼ੁਕਰ ਹੈ ਅਸੀਂ ਫੀਸ ਅੱਲ ਸਾਡਾ ਇਤਨਾ ਤਵੱਜੋ ਨਹੀਂ ਜਿਤਨੀ ਕਿ ਸਰਵਿਸ ਅੱਲ ਔਰ ਸਟੂਡੈਂਟ ਨੂੰ ਐਨ ਕਾਮਯਾਬੀ ਪਾਸ ਕਰਾਉਣ ਤੱਕ ਜਿਹੜਾ ਜਿੱਦ ਸਾਡੀ ਜ਼ਿਆਦਾ ਤਵੱਜੋ ਹੈ ਅਤੇ ਤੁਸੀਂ ਵੀ ਇਨਸ਼ਾਅੱਲਾ ਸ਼ੁਰੂ ਕਰੋਗੇ ਜ਼ਰੂਰ ਜ਼ਰੂਰ ਕਾਮਯਾਬੀ ਮਿਲੇਗੀ ਅੱਲਾਹ ਦੀ ਮਦਦ ਨਾਲ ਹੋਈ ਤਾਂ ਚੀ ਪਤੈਨ 'ਤੇ ਬਹੁਤ ਹੀ ਅੱਛੀ ਇੱਕ ਹੁਨਰ ਹੈ ਇੱਕ ਫਨ ਹੈ ਜਿਵੇਂ ਇਹ ਵੀ ਦੱਸ ਰਹੇ ਸੀ ਇੰਟਰਵਿਊ ਵਿੱਚ ਕਿ ਇੱਕ ਆਪਸ਼ਨ ਹੈ ਜ਼ਾਹਿਰ ਹੈ ਅਸੀਂ ਇੱਥੇ ਪਰਦੇਸ਼ ਵਿੱਚ ਜੋਬ ਵਾਸਤੇ ਬੈਠੇ ਹਾਂ ਆਰਾਮ ਕਰਨ ਵਾਸਤੇ ਤਾਂ ਬੈਠੇ ਨਹੀਂ ਅਤੇ ਸਾਡੇ ਕੋਈ ਹੁਨਰ ਵੀ ਐਸੇ ਸਿੱਖੇ ਕੋਈ ਨਹੀਂ ਅਸੀਂ ਲੇਕਿਨ ਇਹ ਇੱਕ ਸਾਡੇ ਕੋਲ ਕਹਿ ਲਓ ਕਿ ਇੱਕ ਵੀਜ਼ਾ ਕਾਰਡ ਹੈ ਇੱਕ ਹਿਸਾਬ ਦਾ ਕਿ ਜਿਸ ਵਕਤ ਸਾਡੇ ਕੋਲ ਲਾਇਸੈਂਸ ਹੈ ਖਾਸ ਕਰ ਚੀ ਪਤੈਨ 'ਤੇ ਦਾ ਟਰੱਕ ਦਾ ਇਹਦੀ ਡਿਮਾਂਡ ਬਹੁਤ ਜ਼ਿਆਦਾ ਹੈ ਜੋਬ ਦੇ ਬੜੇ ਆਪਸ਼ਨ ਨੇ ਔਰ ਜੋਬ ਦੇ ਵਿੱਚ ਤਨਖਾਹ ਵੀ ਬੜੀ ਅੱਛੀ ਇਹਦੀ ਠੀਕ ਠਾਕ ਤਗੜੀ ਤਨਖਾਹ ਹੈ ਅਤੇ ਅੱਛਾ ਇਹ ਬੰਦਾ ਫਰੀ ਜੇ ਬੈਠੇ ਆ ਟਾਈਮ ਜੇ ਜ਼ਾਇਆ ਕਰਦਾ ਪਿਆ ਚਲੋ ਜ਼ਾਇਆ ਮਤਲਬ ਕਈ ਦਫ਼ਾ ਮੋਬਾਈਲ 'ਚ ਲੱਗ ਜਾਣਾ ਥੋੜ੍ਹਾ ਟਾਈਮ ਜ਼ਾਇਆ ਹੋ ਹੀ ਜਾਂਦਾ ਅਤੇ ਬਿਹਤਰ ਹੈ ਕਿ ਉਹ ਟਾਈਮ ਜਿਹੜਾ ਮੋਬਾਈਲ 'ਚ ਸਾਡਾ ਜ਼ਾਇਆ ਹੋ ਜਾਂਦਾ ਕਈ ਵਾਰੀ ਜਾਂ ਟੀ ਵੀ ਵੇਖਦੇ ਹਾਂ ਜਾਂ ਅਤੇ ਉਹ ਅਸੀਂ ਲਾਇਸੈਂਸ ਨੂੰ ਦੇ ਲਈਏ ਪੜ੍ਹਾਈ ਨੂੰ ਦੇ ਲਈਏ ਚਲੋ 4 ਆਨੇ ਜਿਹੜਾ ਖਰਚਾ ਹੈ ਉਹ ਤਾਂ ਇੱਕ ਤਨਖਾਹ ਦੀ ਮਾਰ ਹੈ ਅਤੇ ਇੱਕ ਸਾਡੇ ਕੋਲ ਇਹ ਕਹਿ ਲਓ ਕਿ ਇੱਕ ਵੀਜ਼ਾ ਕਾਰਡ ਆ ਜਾਏਗਾ ਇੱਕ ਸਾਡੇ ਕੋਲ ਸਹੂਲਤ ਆ ਜਾਏਗੀ ਇੱਕ ਸਾਡੇ ਕੋਲ ਹੁਨਰ ਆ ਜਾਏਗਾ ਫਨ ਆ ਜਾਏਗਾ ਅਸੀਂ ਆਉਣ ਵਾਲੇ ਵਕਤ 'ਚ ਉਹ ਕਾਰਡ ਮਾਰ ਕੇ ਅਤੇ ਆਪਣਾ ਫਿਊਚਰ 'ਚ ਕਿਸੇ ਵੀ ਟਾਈਮ ਜੋਬ ਦੀ ਪਰੇਸ਼ਾਨੀ ਹੋਈ ਤਾਂ ਹੱਲ ਕਰ ਸਕਾਂਗੇ ਥੈਂਕ ਯੂ ਵੈਰੀ ਮਚ